ਕਹਿੰਦਾ ਵੀ ਸਿੱਖ ਜਿਹੜੇ ਹੈਗੇ ਆਪਣੇ ਤਿਉਹਾਰ ਛੱਡੀ ਜਾ, ਯਾਨੀ ਕਿ ਉਹ ਗੱਲ ਉਹ ਕਰਦਾ ਹੈਗਾ ਵਾ ਉਹਦੀ ਕਰਵਾ ਚੌਥ ਦੀ ਗੱਲ ਕਰਦਾ ਵੀ ਕਰਵਾ ਚੌਥ ਨੂੰ ਸਿੱਖਾਂ ਨੇ ਆਪਣਾ ਤਿਉਹਾਰ ਬਣਾ ਲਿਆ, ਇਹ ਸਾਡੀ ਹੋਂਦ ਨੂੰ ਖਤਮ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈ ਸਾਡੀ ਜਿਹੜੀ ਸਾਨੂੰ ਆਪਣੇ ਆਪ ਦੇ ਵਿੱਚ ਹਿੰਦੂਇਜ਼ਮ ਜਿਹੜਾ ਹੈਗਾ ਜਜ਼ਬ ਕਰਦਾ। ਉਦੋਂ ਮੇਰੇ ਦਿਮਾਗ 'ਚ ਗੱਲ ਆ ਰਹੀ ਸੀਗੀ ਵੀ ਇਸ ਗੱਲ ਦਾ ਤਾਂ ਸਾਨੂੰ ਪਤਾ ਚੱਲ ਗਿਆ ਵੀ ਜਿਹੜਾ ਕਰਵਾ ਚੌਥ ਆ ਉਹ ਸਾਨੂੰ ਆਪਣੇ ਆਪ ਦੇ ਵਿੱਚ ਜਜ਼ਬ ਕਰਦਾ ਪਿਆ, ਸਾਡਾ ਤਿਉਹਾਰ ਵੀ। ਉਸ ਵੇਲੇ ਵੈਲੰਟਾਈਨ ਡੇ ਦਾ ਚੇਤਾ ਕਿੱਦਾਂ ਭੁੱਲ ਗਿਆ ਜਵੀਰ ਸਿੰਘ, ਉਸ ਵੇਲੇ ਦੀਪ ਸਿੱਧੂ ਦੇ ਸੰਬੰਧ ਵਿੱਚ ਜਿਹੜਾ ਜਿਹਨੇ ਸਭ ਜਿਸ ਦੇ ਸੰਬੰਧ ਵਿੱਚ ਕਹਿੰਦਾ ਵੀ ਉਹਨੇ ਨਾਰਾ ਦਿੱਤਾ ਵੀ ਮਸਲਾ ਸਾਡੀ ਹੋਂਦ ਦਾ ਹੈ। ਜਿਸ ਦਿਨ ਉਹ ਵੈਲੰਟਾਈਨ ਡੇ ਮਨਾਉਣ ਵਾਸਤੇ ਗਿਆ ਹੋਇਆ ਸੀਗਾ ਉਸ ਦਿਨ ਉਹਨੂੰ ਆਪਣੇ ਤਿਉਹਾਰਾਂ ਦਾ ਨਹੀਂ ਸੀ ਪਤਾ ਵੀ ਵੈਲੰਟਾਈਨ ਡੇ ਸਾਡਾ ਤਿਉਹਾਰ ਹੈਗਾ ਕਿ ਨਹੀਂ ਹੈਗਾ। ਜਿਹੜਾ ਨਾਨਕ ਸ਼ਾਹੀ ਕੈਲੰਡਰ ਆ ਉਹਦੇ ਵਿੱਚ ਮੈਂ ਇੱਕ ਵੀ ਵੀਡੀਓ ਅਜਮੇਰ ਸਿੰਘ ਦੀ ਏਦਾਂ ਦੀ ਨਹੀਂ ਸੁਣੀ, ਕਾਫੀ ਸੁਣਿਆ ਅਜਮੇਰ ਸਿੰਘ ਨੂੰ, ਪਰ ਜਿਹਦੇ ਵਿੱਚ ਇਸ ਸੰਬੰਧ ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਦੇ ਸੰਬੰਧ ਦੇ ਵਿੱਚ ਇਹਨੇ ਆਪਣੇ ਕੋਲ ਵਿਚਾਰ ਜਿਹੜੇ ਖੁੱਲ੍ਹ ਕੇ ਦਿੱਤੇ। ਵੀ ਜਦੋਂ ਅੱਜ ਇੰਨਾ ਰੌਲਾ ਪੈ ਰਿਹਾ ਵਾ ਵੀ ਨਾਨਕ ਸ਼ਾਹੀ ਹੁਣ ਅਕਾਲ ਤਖ਼ਤ ਤੋਂ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉਹਨੂੰ ਨਾਨਕ ਸ਼ਾਹੀ ਕੈਲੰਡਰ ਕਹਿ ਕੇ ਜਾਰੀ ਕਰ ਦਿੱਤਾ, ਜਦਕਿ ਹੈ ਸਾਰੇ ਦਾ ਸਾਰਾ ਉਹੀ ਬਿਕਰਮੀ ਕੈਲੰਡਰ ਹੀ, ਉਹਨੂੰ ਨਾਨਕ ਸ਼ਾਹੀ ਦਾ ਨਾਮ ਦੇ ਕੇ ਜਿਹੜਾ ਹੈਗਾ ਅਕਾਲ ਤਖ਼ਤ ਵੱਲੋਂ ਹੈਗਾ ਉਹ ਜਾਰੀ ਕਰ ਦਿੱਤਾ ਗਿਆ। ਜਿੱਦਾਂ ਆਖਿਆ ਜਾਂਦਾ ਵੀ ਸਾਡੇ ਨਾਇਕ ਬਦਲੇ ਜਾ ਰਹੇ ਆ, ਕਿ ਇਸੇ ਤਰੀਕੇ ਦੇ ਨਾਲ ਇਹ ਨੁਕਤਾ ਜਿਹੜਾ ਇੱਥੇ ਨਹੀਂ ਲੱਗਦਾ ਪਰ ਉਹਦੇ ਸੰਬੰਧ ਵਿੱਚ ਸਾਡੀ ਜ਼ੁਬਾਨ ਬਾਂਧਿਆ ਕਿਉਂਕਿ ਬਹੁ ਗਿਣਤੀ ਜਿਹੜੀ ਆ ਉਹ ਸਾਡੇ ਵਿਰੋਧ ਦੇ ਵਿੱਚ ਖੜੀ ਹੋ ਜਾਣੀ। ਉਹ ਨਹੀਂ, ਨਾਲੇ ਜਦੋਂ ਇਹ ਤਿਉਹਾਰਾਂ ਦੀ ਗੱਲ ਕਰਦਾ ਇਹਨੂੰ ਪੁੱਛੇ ਵੀ ਜਿੱਦਾਂ ਜਿਹੜੀਆਂ ਬਾਲੇ ਵਾਲੀ ਜਨਮ ਸਾਖੀ 'ਚ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਲਿਖੀਆਂ ਆ, ਉਹ ਇੱਕ ਮਾਸ਼ ਦੇ ਉੱਤੇ ਤੁਰਨੇ ਵਾਲੀ ਆ, ਹੁਣ ਮੱਝੀਆਂ ਜਿਹੜਾ ਮੱਝੀਆਂ ਚਾਰ ਰਹੇ ਵੀ ਫਸਲਾਂ ਹਰੀਆਂ ਭਰੀ ਜੇ, ਹੁਣ ਉਹ ਤਿਉਹਾਰ ਮਨਾਉਣ ਸਿੱਖ ਵੀ ਹਰੇਕ ਸਾਲ ਉਸ ਦਿਨ ਮੱਝਾਂ ਲੈ ਕੇ ਲੋਕਾਂ ਦੇ ਖੇਤਾਂ 'ਚ ਵੜਨਾ, ਫਸਲਾਂ ਚਰਾਉਣੀਆਂ ਫਿਰ ਹਰੀਆਂ ਕਰਾਉਣੀਆਂ। ਹੁਣ ਜਦੋਂ ਆਪਣੇ ਇਹਨੇ ਸੂਰਜ ਪ੍ਰਕਾਸ਼ ਵਾਲੇ ਨੇ ਲਿਖਿਆ ਛੇਵੇਂ ਪਾਤਸ਼ਾਹ ਬਾਰੇ ਜਦੋਂ ਮਾਤਾ ਕੌਲਾਂ ਨੂੰ ਲੈ ਕੇ ਆਏ ਆ, ਬਿਲਕੁਲ ਚਿੱਕੜ ਛੱਪੜ 'ਚ ਵੜ ਗਏ ਉੱਥੇ, ਹੁਣ ਜੇ ਉਹ ਤਿਉਹਾਰ ਮਨਾਉਣ ਲੱਗ ਪੈਣ ਸਿੱਖ, ਗੰਢਾ ਭੰਨਣੇ ਵਾਲਾ ਪੇ ਪੇਟ 'ਚ ਹਵਾ ਪੇ, ਇੱਕ ਬਾਬਾ ਜੀ ਇੱਦਾਂ ਗੰਢਾ ਭੰਨਦੇ ਇਹਦਾ ਬੀਬੀ ਦੇ ਪੇਟ 'ਚ ਹਵਾ ਭਰ, ਇਹ ਤਿਉਹਾਰ ਮਨਾਉਣ, ਦੇਵੀ ਪ੍ਰਗਟ ਕਰਨੇ ਵਾਲਾ ਤਿਉਹਾਰ ਮਨਾਉਣ ਜਾਣੀ, ਮਤਲਬ ਗ੍ਰੰਥਾਂ ਦੇ ਆਧਾਰ ਤੇ ਤੁਸੀਂ ਤੁਰਨਾ ਹੋਵੇ ਤਾਂ ਕੀ ਬਣੇ ਸਾਡੀ ਕੌਮ ਦਾ। ਬਿਲਕੁਲ ਬਿਲਕੁਲ ਬਿਲਕੁਲ, ਉਸ ਸੰਬੰਧ ਦੇ ਵਿੱਚ ਤਾਂ ਐਸੇ ਗੱਲ ਦੀ ਹੈਰਾਨੀ ਹੁੰਦੀ ਹੈ ਵੀ ਇੰਨੀਆਂ ਬਰੀਕ ਗੱਲਾਂ ਨੁਕਤੇ ਸਮਝਣ ਦੇ ਬਾਵਜੂਦ ਜਦੋਂ ਉਹਨਾਂ ਦੀ ਪ੍ਰੈਕਟੀਕਲ ਦਾ ਸਵਾਲ ਆਉਂਦਾ ਉੱਥੇ ਅਸੀਂ ਬਿਲਕੁਲ ਹੇਠਾਂ ਜਾ ਕੇ ਡਿੱਗ ਪਏ। ਉਹਦਾ ਕਾਰਨ ਆ ਗਿਆਨੀ ਜੀ, ਇਹ ਬੰਦੇ ਜਿਹੜੇ ਇੰਟੈਲੈਕਚੁਅਲ ਬੰਦੇ ਆ ਨਾ, ਇਹ ਬੰਦੇ ਬਿਠਾਏ ਇਸ ਕਰਕੇ ਗਏ ਆ ਵੀ ਕੌਮ ਦੇ ਅੰਦਰ ਭੰਬਲ ਭੂਸਾ ਪਾ ਕੇ ਰੱਖੋ, ਨਹੀਂ ਤਾਂ ਸੱਚਾਈ ਇਹ ਆ ਵੀ ਇਹ ਬੰਦਿਆਂ ਦੇ ਅੰਦਰ ਇੰਨੀ ਯੋਗਤਾ ਸੀ ਵੀ ਨੌਜਵਾਨੀ ਨੂੰ ਤਿਆਰ ਕਰਕੇ ਪੋਲੀਟੀਕਲੀ ਮੋਟੀਵੇਟ ਕਰਦੇ ਇਹ। ਬਿਲਕੁਲ, ਇਹ ਭਿੰਡਰਾਂਵਾਲੇ ਤੋਂ ਬਾਅਦ ਉਦੋਂ ਕੀ ਆ, ਇਹ ਬੰਦੇ ਕੋਲ ਪੋਲੀਟੀਕਲ ਪਾਰਟੀ ਦੀ ਤਿਆਰੀ ਕਰਦੇ। ਬਿਲਕੁਲ, ਜੇ ਭਿੰਡਰਾਂਵਾਲੇ ਨੂੰ ਵੀ ਹੀਰੋ ਦੱਸਣਾ ਸੀ ਨੀ, ਜਿਹੜੇ ਜਿਹੜੀ ਜਿਹੜੀ ਪੋਲੀਟੀਕਲ ਪਾਰਟੀ ਉਹਨਾਂ ਗੱਲਾਂ ਤੋਂ ਮੋਟੀਵੇਟ ਹੁੰਦੀ ਵੀ ਚਲੋ ਠੀਕ ਹੈ ਉਸ ਵੇਲੇ ਅਟੈਕ ਹੋ ਗਿਆ, ਹੁਣ ਅਸੀਂ ਇਹ ਚੀਜ਼ਾਂ ਕਰਕੇ ਇੱਕ ਪੋਲੀਟੀਕਲ ਪਾਰਟੀ ਬਣਾਵਾਂਗੇ, ਪੰਜਾਬ 'ਚ ਸਿੱਖਾਂ ਦਾ ਰਾਜ ਆਊਗਾ, ਉਹ ਪਾਰਟੀ ਪੋਲੀਟੀਕਲ ਪਾਰਟੀ ਬਾਅਦ 'ਚ ਦੂਜੀਆਂ ਸਟੇਟਾਂ ਨਾਲ ਗੱਲ ਕਰਕੇ ਇੱਕ ਸਟਰਕਚਰ ਜਿਹੜਾ ਫੈਡਰਲ ਆ ਉਹ ਤਿਆਰ ਕਰਾਂਗੇ ਅਸੀਂ, ਠੀਕ ਹੈ। ਪਰ ਹੁਣ ਜਿਹੜਾ ਆਪਾਂ ਚਿੱਤਰ ਨਾਟਕ ਵਿਚਾਰਦੇ ਹਾਂ ਇਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਸਾਡੇ ਸਿੱਖੀ ਦੇ ਨਿਆਰੇਪਣ ਨੂੰ ਜਿਹੜੇ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ? ਆਪਾਂ ਤਿੰਨ ਚਾਰ ਅਧਿਆਏ ਜਿਹੜੇ ਵਿਚਾਰੇ ਆ ਤੇ ਆਪਾਂ ਤਿੰਨ ਅਧਿਆਏ ਵਿਚਾਰੇ ਆ ਵੀ ਜਦੋਂ ਉਹ ਗ੍ਰੰਥ ਕੂਕ ਕੂਕ ਕੇ ਇਹ ਗੱਲ ਕਹਿ ਰਿਹਾ ਵਾ ਵੀ ਸਿੱਖ ਜਿਹੜੇ ਹੈਗੇ ਲਵ ਕੁਸ਼ ਦੀ ਔਲਾਦ ਹੈ, ਸਿੱਖ ਗੁਰੂ ਸਾਹਿਬਾਨ, ਸਿੱਖਾਂ ਦੀ ਗੱਲ ਆਪਾਂ ਚਲੋ ਬਾਅਦ ਚ ਕਰੀ, ਗੁਰੂ ਸਾਹਿਬਾਨ ਜਿਹੜੇ ਸਾਡੇ ਔਰ ਜਿਹੜੀ ਉਹ ਪਿੱਛੇ ਕਹਾਣੀ ਦੇ ਰਿਹਾ ਉਹ ਕਹਾਣੀ ਹੂ ਬਹੂ ਉਹੀ ਆ ਜੋ ਹਿੰਦੂਇਜ਼ਮ ਦੇ ਗ੍ਰੰਥਾਂ ਦੇ ਵਿੱਚ ਭਰੀ ਪਈ ਆ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਕੋਈ ਕਿਸੇ ਵੀਰ ਨੇ ਭੇਜਿਆ ਸੀ ਮੈਨੂੰ ਮੈਸੇਜ ਵੀ ਮਹਾਦੇਵ ਨਾਮ ਦਾ ਸ਼ਾਇਦ ਕੋਈ ਸੀਰੀਅਲ ਚੱਲਦਾ ਪਿਆ ਵਾ, ਉਹਦੇ ਵਿੱਚ ਸਾਰੀ ਕਹਾਣੀ ਇਸੇ ਤਰੀਕੇ ਦੇ ਨਾਲ ਦਿੱਤੀ ਗਈ ਆ। ਬਲਕਿ ਹੋਰ ਜਿਵੇਂ ਰਮਾਇਣ ਤੁਸੀਂ ਪੜ੍ਹ ਲਓ ਜੋ ਵੀ ਪੜ੍ਹਦੇ ਆ ਉਹਦੇ ਵਿੱਚ ਉਹ ਕਹਾਣੀ ਉਸੇ ਤਰੀਕੇ ਦੇ ਨਾਲ ਦਿੱਤੀ ਗਈ।
ਪਰ ਦਸਮ ਗ੍ਰੰਥ ਕੀ ਕਰ ਰਿਹਾ ਵਾ ਵੀ ਗੁਰੂ ਸਾਹਿਬਾਨਾਂ ਨੂੰ ਉਹਦੇ ਨਾਲ ਕਨੈਕਟ ਕਰਨ ਦਾ ਪਿਆ ਵੀ ਜਿਹੜਾ ਆਪਾਂ ਲਵ ਜਿਹੜਾ ਹੈਗਾ ਉਹ ਤੋਂ ਲਾਹੌਰ ਵਸਿਆ ਹੈਗਾ ਕੁਛ ਜਿਹੜਾ ਹੈਗਾ ਵਾ ਉਹਦੇ ਤੋਂ ਕਸੂਰ ਵਸਿਆ ਹੈਗਾ ਵਾ ਜਿਹੜੇ ਕੁਛ ਵਾਲੇ ਆ ਉਹਨਾਂ ਨੇ ਲਾਹੌਰ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਭਜਾ ਦਿੱਤਾ ਉਹ ਜਾ ਕੇ ਸਨੌਰ ਦੇਸ਼ ਦੇ ਵਿੱਚ ਚਲੇ ਗਏ ਉੱਥੋਂ ਦੀ ਰਾਜਕੁਮਾਰੀ ਦੇ ਨਾਲ ਵਿਆਹ ਹੋਇਆ ਉੱਥੋਂ ਪੁੱਤਰ ਪੈਦਾ ਹੋਇਆ ਉਹਦਾ ਨਾਂ ਸੋਢੀ ਰਾਏ ਰੱਖਿਆ ਉੱਥੋਂ ਫਿਰ ਉਹ ਸੋਢੀ ਜਿਹੜੇ ਹੈਗੇ ਉਹ ਪੈਦਾ ਹੋਏ ਹੁਣ ਇਹ ਗੱਲ ਮੈਂ ਦੇਖਦਾ ਸੀ ਨੁਕਤਾ ਜੋੜਿਆ ਵੇਖੋ ਉਹਨੇ ਕਿੱਥੇ ਲਿਆ ਜਾਂਦਾ ਵੀ ਜਿਹੜੇ ਸੋਢੀ ਆ ਇਹ ਲਵ ਦੀ ਅੰਸ਼ ਵੰਸ਼ ਦੇ ਵਿੱਚੋਂ ਰਾਮ ਚੰਦਰ ਦੀ ਤੇ ਲਵ ਜਿਹੜਾ ਹੈਗਾ ਉਹਨੇ ਲਾਹੌਰ ਵਸਾਇਆ ਤੇ ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਦੇਖਦੇ ਹਾਂਜੀ ਉਹਦੇ ਵਿੱਚ ਸੋਢੀ ਪ੍ਰਥਾ ਜਿਹੜੀ ਆ ਸੋਢੀ ਖਾਨਦਾਨ ਜਿਹੜਾ ਉਹ ਗੁਰੂ ਰਾਮਦਾਸ ਤੋਂ ਸ਼ੁਰੂ ਹੋ ਗਿਆ ਤੇ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੋਂ ਦਾ ਲਾਹੌਰ ਲਾਹੌਰ ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦਾ ਇਸ ਵਾਸਤੇ ਉਹ ਸਾਰੀ ਕਹਾਣੀ ਜਿਹੜੀ ਹੈਗੀ ਉੱਥੋਂ ਜੋੜ ਉੱਥੋਂ ਉੱਥੋਂ ਲਿਆਂਦੀ ਹੈ ਵੀ ਲਾਹੌਰ ਜਿਹੜਾ ਹੈਗਾ ਉਹ ਲਵ ਦੇ ਵਸਾਇਆ ਹੋਇਆ ਵਾ ਰਾਮ ਚੰਦਰ ਦੀ ਔਲਾਦ ਦਾ ਤੇ ਉੱਥੋਂ ਜਿਹੜੀ ਹੈਗੀ ਉਹ ਸੋਢੀ ਵੰਸ਼ ਚੱਲੀ ਆ ਤੇ ਉਸੇ ਲਾਹੌਰ ਦੇ ਵਿੱਚ ਜਿਹੜਾ ਹੈਗਾ ਉਹ ਗੁਰੂ ਰਾਮਦਾਸ ਜੀ ਦਾ ਜਿਹੜਾ ਹੈਗਾ ਉਹ ਜਨਮ ਮੈਂ ਤਾਂ ਨਾ ਕਈ ਵਾਰ ਸੋਚਦਾ ਹੁੰਦਾ ਵੀ ਜਦੋਂ ਸੰਤੋਖ ਸਿੰਘ ਨੂੰ ਪੜ੍ਹੀਦਾ ਆ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਪੜ੍ਹੀਦਾ ਤੇ ਠਾਕਰ ਸਿੰਘ ਨੂੰ ਸੁਣੀਦਾ ਹਾਂਜੀ ਏਦਾਂ ਲੱਗਦਾ ਵੀ ਜਿੱਦਾਂ ਇੱਕੋ ਹੀ ਲੈਵਲ ਦੇ ਇਹਨਾਂ ਦੀ ਫ੍ਰੀਕੁਐਂਸੀ ਇੱਕੋ ਹੀ ਥਾਂ ਤੇ ਦਾ ਕੰਮ ਕਰਦੀ ਹੋਣੀ ਤਿੰਨਾਂ ਦੀ ਜਾਣੀ ਏਦਾਂ ਬਿਲਕੁਲ ਬਿਲਕੁਲ ਕਿਉਂਕਿ ਇਸ ਗੱਲ ਨੂੰ ਹੂ ਬਹੂ ਉਹ ਮੰਨ ਚੁੱਕੇ ਆ ਵੀ ਦਸਮ ਗ੍ਰੰਥ ਜਿਹੜਾ ਇਹਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਔਰ ਇਸ ਅਧਿਆਇ ਦੀ ਬਚਿੱਤਰ ਨਾਟਕ ਦੀ ਸਾਰੀ ਕਥਾ ਜਿਹੜੀ ਆ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕੀਤੀ ਹੋਈ ਆ ਔਰ ਇਸ ਤਰੀਕੇ ਦੇ ਨਾਲ ਅੱਖਰ ਅੱਖਰ ਉਹਨਾਂ ਨੇ ਅਰਥ ਕੀਤੇ ਹੋਏ ਆ ਆਪਾਂ ਉਹਨੂੰ ਥੋੜਾ ਗਾਂਹ ਤੋੜ ਲੈਂਦੇ ਚਲੋ ਆਪਾਂ ਟਾਈਮ ਵਿੱਚ ਘੱਟ ਜ਼ਿਆਦਾ ਹੋ ਗਿਆ ਥੋੜਾ ਜਿਹਾ ਹੋਰ ਲਾ ਲੈਂਦੇ ਹਾਂ ਥੋੜੀ ਲੜੀ ਵੀ ਜੁੜੀ ਰਹੂਗੀ ਆਪਾਂ ਤੀਸਰਾ ਅਧਿਆਇ ਵਿਚਾਰਿਆ ਸੀਗਾ ਉਦੋਂ ਪਿਛਲੇ ਹਫ਼ਤੇ ਹਾਂਜੀ ਪਹਿਲਾਂ ਤਾਂ ਸੀਗਾ ਵੀ ਜਿਹੜੇ ਕਸੂਰ ਵਾਲੇ ਆ ਉਹਨਾਂ ਨੇ ਲਾਹੌਰ ਵਾਲਿਆਂ ਨੂੰ ਭਜਾ ਦਿੱਤਾ ਉਹ ਜਾ ਕੇ ਜਿਹੜਾ ਹੈਗਾ ਵਾ ਸਨੌੜ ਦੇਸ਼ ਵਿੱਚ ਜਾ ਕੇ ਰਹੇ ਉੱਥੇ ਦੀ ਰਾਣੀ ਦੇ ਰਾਜਕੁਮਾਰੀ ਦੇ ਨਾਲ ਵਿਆਹ ਹੋਇਆ ਉੱਥੋਂ ਸੋਢੀ ਰਾਏ ਪੈਦਾ ਹੋਇਆ ਹਾਂਜੀ ਤੇ ਸੋਢੀ ਵੰਸ਼ ਉੱਥੋਂ ਚੱਲਿਆ ਫਿਰ ਕੁਝ ਸਮੇਂ ਬਾਅਦ ਕਹਿੰਦੇ ਵੀ ਉਹਨਾਂ ਨੇ ਆਣ ਕੇ ਕਸੂਰ ਵਾਸੀਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਤੇ ਤੀਸਰੇ ਅਧਿਆਏ ਦੇ ਵਿੱਚ ਸਾਰਾ ਕੁਝ ਇਹੀ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਪੂਰੇ ਜਿੰਨੇ ਵੀ ਉਹਦੇ 52 ਛੰਦ ਸੀਗੇ 52 ਦੇ ਵਿੱਚੋਂ 51 ਛੰਦ ਇਹੀ ਸੀਗੇ ਵੀ ਕਿੱਦਾਂ ਲੜਾਈ ਸਾਰਾ ਲੜਾਈ ਦਾ ਜ਼ਿਕਰ ਆ ਔਰ ਅਖੀਰ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਲਿਖਿਆ ਇਹ ਉਹਦੇ ਵਿੱਚ ਵੀ ਲਵੀ ਸਰਬ ਜੀਤੇ ਖੁਸ਼ੀ ਸਰਬ ਹਾਰੇ ਲਵ ਵੰਸ਼ ਵਾਲੇ ਜਿਹੜੇ ਸੀਗੇ ਉਹ ਜਿੱਤ ਗਏ ਕੁਛ ਵੰਸ਼ ਵਾਲੇ ਜਿਹੜੇ ਸੀਗੇ ਉਹ ਹਾਰ ਗਏ ਹਾਰ ਗਏ ਤੇ ਉਹ ਜਿਹੜੇ ਕੁਛ ਵੰਸ਼ ਵਾਲੇ ਸੀਗੇ ਉਹ ਹਾਰ ਕੇ ਉੱਥੋਂ ਭੱਜ ਕੇ ਉਹ ਬਨਾਰਸ ਚਲੇ ਗਏ ਬਨਾਰਸ ਵਿੱਚ ਜਾ ਕੇ ਉਹਨਾਂ ਨੇ ਚਤੁਰ ਵੇਦ ਪਠੇ ਕੀ ਉਹ ਕਾਸ਼ ਬਸ ਉਹਨਾਂ ਨੇ ਉੱਥੇ ਬਨਾਰਸ ਵਿੱਚ ਜਾ ਕੇ ਉਹਨਾਂ ਨੇ ਚੌ ਵੇਦਾਂ ਦੇ ਪਾਠ ਜਿਹੜੇ ਹੈਗੇ ਪੜ੍ਹੇ ਵੇਦਾਂ ਦੀ ਵਿਦਿਆ ਬੜੇ ਲੰਬੇ ਸਮੇਂ ਤੱਕ ਉਹਨਾਂ ਨੇ ਬਨਾਰਸ ਦੇ ਵਿੱਚ ਕਾਸ਼ੀ ਦੇ ਵਿੱਚ ਨਿਵਾਸ ਰੱਖਿਆ ਉਸ ਤੋਂ ਅੱਗੇ ਚੌਥਾ ਅਧਿਆਇ ਸ਼ੁਰੂ ਕਰਦੇ ਉਹ ਕਹਿੰਦੇ ਵੀ ਜਿਨ੍ਹਾਂ ਵੇਦ ਪਠਿਓ ਸੋ ਵੇਦੀ ਕਹਾਏ ਤਿਨ੍ਹਾਂ ਧਰਮ ਕੇ ਕਰਮ ਨੀਕੇ ਚਲਾਏ ਵੀ ਜਿਨ੍ਹਾਂ ਨੇ ਵੇਦ ਪੜ੍ਹੇ ਸੀਗੇ ਬਨਾਰਸ ਦੇ ਵਿੱਚ ਜਾ ਕੇ ਜਿਹੜੇ ਕੁਛ ਵੰਸ਼ ਦੇ ਵਿੱਚੋਂ ਸੀਗੇ ਵੇਦਾਂ ਦਾ ਪਾਠ ਪੜ੍ਹਨ ਕਰਕੇ ਉਹਨਾਂ ਦੀ ਸੰਗਿਆ ਜਿਹੜੀ ਬੇਦੀ ਪਈ ਉੱਥੋਂ ਜਿਹੜੀ ਹੈਗੀ ਆ ਉਹ ਬੇਦੀਆਂ ਦੀ ਕੁੱਲ ਜਿਹੜੀ ਹੈਗੀ ਚੰਗੀ ਫਿਰ ਕਹਿੰਦੇ ਵੀ ਸਮਾਂ ਬੀਤਦਾ ਗਿਆ ਤੇ ਕਾਫੀ ਸਮਾਂ ਬੀਤਣ ਤੋਂ ਬਾਅਦ ਜਿਹੜੇ ਲਵ ਵੰਸ਼ੀ ਸੀਗੇ ਉਹਨਾਂ ਨੇ ਸੁਨੇਹਾ ਭੇਜਿਆ ਇਹਨਾਂ ਨੂੰ ਵੀ ਆਪਾਂ ਆਪਣਾ ਵੈਰ ਵਿਰੋਧ ਜਿਹੜਾ ਹੈਗਾ ਉਹ ਛੱਡ ਦੇਈਏ ਤੁਸੀਂ ਆਖਿਰਕਾਰ ਸਾਡੇ ਭਰਾ ਆ ਤੇ ਤੁਸੀਂ ਵਾਪਸ ਸਾਡੇ ਕੋਲ ਆ ਜਾਓ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਸੱਦਿਆ ਇਹ ਵਾਪਸ ਲਵ ਵੰਸ਼ੀਆਂ ਦੇ ਕੋਲ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਉਹਨਾਂ ਨੂੰ ਵੇਦ ਸੁਣਾਏ ਜਿਹਨਾਂ ਵੇਦਾਂ ਦੀ ਵਿਦਿਆ ਇਹਨਾਂ ਨੇ ਇੱਥੇ ਪ੍ਰਾਪਤ ਕੀਤੀ ਸੀ ਬਨਾਰਸ ਵਿੱਚ ਰਹਿੰਦਿਆਂ
ਪਰ ਜਦੋਂ ਇਹਨਾਂ ਨੇ ਵੇਦ ਸੁਣਾਏ ਤੇ ਵੇਦਾਂ ਦੇ ਪਾਠ ਸੁਣ ਕੇ ਵੇਦਾਂ ਦੇ ਅਰਥ ਸੁਣ ਕੇ ਜਿਹੜੇ ਹੈਗੇ ਲਾਹੌਰ ਵਾਲੇ ਬੜੇ ਖੁਸ਼ ਹੋਏ। ਉਹਨਾਂ ਨੇ ਇਕੱਲੇ ਇਕੱਲੇ ਵੇਦ ਦਾ ਜ਼ਿਕਰ ਕੀਤਾ, ਇਹਦੇ ਵਿੱਚ ਵੀ ਪਹਿਲਾਂ ਸ਼ਮ ਵੇਦ ਪੜ੍ਹਿਆ, ਫਿਰ ਜੁਜ਼ਰ ਵੇਦ ਪੜ੍ਹਿਆ, ਫਿਰ ਰਿਗ ਵੇਦ ਪੜ੍ਹਿਆ, ਫਿਰ ਚੌਥੇ ਨੰਬਰ ਦੇ ਉੱਤੇ ਜਦੋਂ ਇਹਨਾਂ ਨੇ ਅਥਰਵ ਵੇਦ ਪੜ੍ਹਿਆ ਤੇ ਜਿਹੜਾ ਰਾਜਾ ਸੀਗਾ ਉਸ ਵੇਲੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਉਹਨੇ ਕੀ ਕੀਤਾ, ਆਪਣਾ ਸਾਰਾ ਰਾਜ ਭਾਗ ਜਿਹੜਾ ਇਹਨਾਂ ਨੂੰ ਦੇ ਦਿੱਤਾ ਤੇ ਇਹਨਾਂ ਨੂੰ ਰਾਜ ਭਾਗ ਦੇ ਕੇ ਆਪ ਉਹ ਜੰਗਲ ਨੂੰ ਚਲਿਆ ਗਿਆ ਤੇ ਇਹਨਾਂ ਨੂੰ ਆਖਿਆ ਵੀ ਤੁਸੀਂ ਰਾਜ ਭਾਗ ਕਰੋ ਤੇ ਮੈਂ ਹੁਣ ਜਿਹੜਾ ਹੈਗਾ ਸੰਨਿਆਸ ਲੈ ਲੈਣਾ, ਮੈਂ ਸਾਰਾ ਕੁਛ ਰਿਖੀ ਦਾ ਭੇਦ ਧਾਰਨ ਕਰ ਦਿੱਤਾ ਤੇ ਮੈਂ ਰਾਜ ਭਾਗ ਸਾਰਾ ਤਿਆਗ ਦਿੱਤਾ। ਉਹ ਕਹਿੰਦੇ ਬੇਦੀ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਰਾਜ ਪ੍ਰਾਪਤ ਕਰਕੇ। ਨਾ ਜਿਹੜੀ ਪੰਕਤੀਆਂ ਉਹਨਾਂ ਨੇ ਇਹ ਲਿਖੀਆਂ, ਬੇਦੀ ਪਇਓ ਪ੍ਰਸੰਨ ਰਾਜ ਕਹਿ ਪਾਏ ਕਹਿ ਦੇਤ ਪਇਓ ਵਰਦਾਨ ਹੀ ਹੈ ਪੁਰਸਾਏ ਕੇ। ਜਦੋਂ ਬੇਦੀਆਂ ਨੂੰ ਰਾਜ ਮਿਲ ਗਿਆ, ਬੇਦੀਆਂ ਨੇ ਵੇਦ ਸੁਣਾਏ, ਸੋਢੀਆਂ ਨੇ ਉਹਨਾਂ ਨੂੰ ਰਾਜ ਭਾਗ ਦੇ ਦਿੱਤਾ, ਬੇਦੀ ਬੜੇ ਪ੍ਰਸੰਨ ਹੋਏ ਤੇ ਨਾਲ ਉਹਨਾਂ ਨੇ ਫਿਰ ਵਰ ਦਿੱਤਾ, ਕਹਿੰਦੇ ਵੀ ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ ਉਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ। ਵੀ ਹੁਣ ਤੁਸੀਂ ਸਾਨੂੰ ਰਾਜ ਦਿੱਤਾ ਬੇਦੀਆਂ ਤੇ ਕਲਯੁਗ ਦੇ ਵਿੱਚ ਜਦੋਂ ਅਸੀਂ ਨਾਨਕ ਦੇ ਰੂਪ ਦੇ ਵਿੱਚ ਆਵਾਂਗੇ, ਨਾਨਕ ਦੇ ਰੂਪ ਦੇ ਵਿੱਚ ਜਦੋਂ ਸਾਡੀ ਪੂਜਾ ਹੋਊਗੀ ਉਸ ਵੇਲੇ ਫਿਰ ਅਸੀਂ ਤੁਹਾਡਾ ਰਾਜ ਜਿਹੜਾ ਹੈਗਾ ਤੁਹਾਡੇ ਹਵਾਲੇ ਫਿਰ ਕਰਦੇ। ਪਰ ਨਾਲ ਇਹ ਕਹਿ ਦਿੱਤਾ ਕਿਉਂਕਿ ਤ੍ਰਿਤੀਏ ਵੇਦ ਸੁਣਦੇ ਤੁਮ ਕੀ ਆ ਚਤੁਰ ਵੇਦ ਸੁਣ ਭੂਗੋ ਦੀ ਆ। ਤੁਸੀਂ ਪਹਿਲਾਂ ਤਿੰਨ ਵੇਦ ਸਾਡੇ ਕੋਲੋਂ ਸੁਣੇ ਪਰ ਜਦੋਂ ਅਸੀਂ ਚੌਥਾ ਵੇਦ ਤੁਹਾਨੂੰ ਸੁਣਾਇਆ ਫਿਰ ਤੁਸੀਂ ਸਾਨੂੰ ਰਾਜ ਦਿੱਤਾ। ਇਸ ਵਾਸਤੇ ਪਹਿਲੇ ਤਿੰਨ ਜਾਮਿਆਂ ਦੇ ਵਿੱਚ ਤੁਹਾਨੂੰ ਰਾਜ ਨਹੀਂ ਅਸੀਂ ਦੇਣਾ ਕਿਉਂਕਿ ਚੌਥਾ ਵੇਦ ਸੁਣ ਕੇ ਤੁਸੀਂ ਸਾਨੂੰ ਰਾਜ ਭਾਗ ਦਿੱਤਾ। ਇਸ ਵਾਸਤੇ ਜਦੋਂ ਸਾਡਾ ਚੌਥਾ ਜਾਮਾ ਆਊਗਾ ਉਸ ਵੇਲੇ ਇਹ ਰਾਜ ਭਾਗ ਜਿਹੜਾ ਤੁਹਾਡੇ ਹਵਾਲੇ ਕਰ ਦਿੱਤਾ। ਯਾਨੀ ਕਿ ਬੇਦੀ ਤਾਂ ਹੈ, ਹੁਣ ਗੁਰੂ ਅਮਰਦਾਸ ਦੀ ਕੁੱਲ ਭੱਲਿਆਂ ਦੀ ਕੁੱਲ ਆ ਜਾਂ ਗੁਰੂ ਅੰਗਦ ਦੇਵ ਜੀ ਦੀ ਤੇਹਣ ਦੀ ਕੁੱਲ ਆ, ਉਹਨੂੰ ਕਿਸ ਤਰੀਕੇ ਦੇ ਨਾਲ ਵਿੱਚ ਜੋੜ ਦਿੱਤਾ ਗਿਆ ਉਹਦੇ ਬਾਰੇ ਦਸ ਗ੍ਰੰਥ ਦੇ ਅੰਦਰ ਕਿਸੇ ਕਿਸਮ ਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ। ਇਹਨਾਂ ਲਿਖ ਦਿੱਤਾ ਵੀ ਤੀਨ ਜਨਮ ਹਮ ਹੂੰ ਜਬ ਧਰ ਹੈ, ਚੌਥੇ ਜਨਮ ਗੁਰੂ ਤੋਹੇ ਕਰ ਹੈ। ਵੀ ਚੌਥੇ ਜਨਮ ਦੇ ਵਿੱਚ ਜਿਹੜਾ ਹੈਗਾ ਅਸੀਂ ਤੁਹਾਨੂੰ ਜਿਹੜਾ ਹੈਗਾ ਗੁਰੂ ਬਣਾਵਾਂਗੇ, ਜਿਹੜਾ ਤੁਸੀਂ ਸਾਨੂੰ ਰਾਜ ਭਾਗ ਦਿੱਤਾ ਉਹ ਰਾਜ ਭਾਗ ਅਸੀਂ ਗੁਰੂ ਰੂਪ ਦੇ ਵਿੱਚ ਅਸੀਂ ਤੁਹਾਨੂੰ ਵਾਪਸ ਕਰਦੇ ਹਾਂ। ਇਹ ਜਾਣੀ ਕਿ ਹੈਗਾ ਵਾ ਚੌਥਾ ਅਧਿਆਇ ਦਸਮ ਗ੍ਰੰਥ ਦਾ, ਜਿਹਦੇ ਵਿੱਚ ਦਸ ਕੁ ਬੰਦ ਆ ਟੋਟਲ ਜਿਹੜੇ ਹੈਗੇ ਆ।